ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ। ਅਤੇ ਅੱਜ ਤੁਸੀਂ ਨੇ ਪਿਛਲੇ ਬਲੌਗ 'ਚ ਦੇਖਿਆ ਹੋਊਗਾ ਆਪਾਂ ਖੇਲ ਬਣਾਉਣ ਲੱਗ ਰਹੇ ਹਾਂਗੇ ਅਤੇ ਅੱਜ ਉਹਦੇ ਪਲਸਤਰ ਕਰਾਂਗੇ। ਅਤੇ ਹੁਣ ਆਪਾਂ ਜਾ ਰਹੇ ਹਾਂਗੇ ਚੀਮੇ ਜਾਵਾਂਗੇ ਅਤੇ ਚੀਮੇ ਆਪਾਂ ਪੈਪ ਲੈ ਕੇ ਆਵਾਂਗੇ ਪਹਿਲਾਂ 8 ਇੰਚੀ ਪੈਪ ਉਹ ਮੋਟਰ ਦੇ ਪਾਣੀ ਨਿਕਲਣ ਨੂੰ ਉਹ ਖੇਲ 'ਚ ਲਾਉਣਾ ਹੈਗਾ ਪਾਣੀ ਨਿਕਲਣ ਨੂੰ ਅਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਚੀਮੇ ਹੀ ਅਤੇ ਆਪਾਂ ਚੀਮੀ ਜਾ ਕੇ ਮਿਲਦੇ ਹਾਂਗੇ। ਚੀਮੇ ਆਏ ਹੋਏ ਜੀ ਅਤੇ ਚੀਮੇ ਹੀ ਬੈਠੇ ਦੁਕਾਨ 'ਚ 8 ਇੰਚੀ ਦਾ ਪਾਈਪਲਾਈਨ ਆਏ ਸੀਗੇ ਮੋਟਰ ਚਲਾਉਣ ਨੂੰ ਅਤੇ ਨਾਲ ਆਪਣੇ ਇੱਥੇ ਮਿਲ ਗਿਆ ਮਿੱਤਰ ਅਨਮੋਲ ਤੋਂ ਕਰਨ। ਹੋਰ ਕਰਨ ਕੀ ਹਾਲ ਨੇ? ਵਧੀਆ ਹੇਟਾ ਕੀ ਲੈਣ ਆਏ ਤੁਸੀਂ? ਪਾਈਪ ਲੈਣ ਆਏ ਹੋ? ਅਸੀਂ ਪਾਈਪਲਾਈਨ ਆਏ ਸੀਗੇ ਅਤੇ ਨਾਲ ਕਹਾਂ ਗੇਟ ਕਮਾਲ ਲਾਏ ਚੱਲਦੇ ਹਾਂ ਜੀ ਉਹਦੇ ਨਾਲ ਖੇਲਦੇ ਅਤੇ ਚੀਮੀ ਆਇਆ ਹੋਇਆ ਜੀ ਖੇਲ ਦਿਖਾਵਾਂਗੇ ਹੁਣ ਜਾ ਕੇ ਉੱਥੇ ਪਾਈਪ ਲਾਵਾਂਗੇ ਅਤੇ ਤੁਹਾਨੂੰ ਦਿਖਾਇਆ ਸੀ ਇਹ ਦੀ ਆਪਣੀ ਪੁਰਾਣੀ ਖੇਲ ਸੀਗੀ ਇਹ ਅਤੇ ਇੱਥੇ ਲਾਵਾਂਗੇ ਆਪਾਂ ਫਰਸ਼ ਅਤੇ ਇਹ ਵਿੰਡੋ ਜੀ ਬਣਾਈ ਆ ਇਹ ਅਤੇ ਇਹ ਬਣਾਈ ਆਪਣੇ ਖੇਲ ਦੇਖੋ ਕਿੱਡੀ ਵੱਡੀ ਖੇਲ ਬਣਾਤੀ ਵਧੀਆ ਇਹ 'ਚ ਖੁੱਲ੍ਹੇ ਹੈਗੇ ਇਹ 6 ਫੁੱਟ ਐਂ ਹੈਗੀ ਅਤੇ 9 ਫੁੱਟ ਐਂ ਲੰਬੀ ਹੈਗੀ ਦੇਖ ਲਓ ਅਤੇ ਉਹ ਲਾਇਆ ਆਪਣੇ 8 ਇੰਚੀ ਪੈਪ ਆ ਜਿਹੜਾ ਕਿ ਜੇ ਹਜੇ 'ਚ ਟੁਕੜੀ ਲਾਉਣੀ ਆ ਟੁਕੜੀ ਵਾਲਾ ਹਜੇ ਤੱਕ ਆਈ ਨਹੀਂ ਹੈਗਾ ਅਤੇ ਇੱਧਰ ਬਣਾਤੀ ਹੌਦੀ ਪਾਣੀ ਡਿੱਗਣ ਨੂੰ ਅਤੇ ਇੱਕ ਇੱਥੇ ਆਹ ਜਿਹੜੀ ਆਹ ਸਾਰੀ ਇਹ 'ਚ ਸਮਿੰਟ ਪਾਇਆ ਹੈਗਾ ਬਜਰੀ ਪਾਈ ਇਹ 'ਚ ਆਹ ਬਣ ਗਈ ਆਪਣੀ ਖੇਲ ਆਹ ਹੁਣ ਆਇਆ ਬਾਈ ਇਹ ਟੈਲਾਂ ਵਾਲਾ ਹਨੇਰਾ ਕਰਤਾ ਬਾਈ ਨੇ ਅਤੇ ਹੁਣ ਲਾਉਣੇ ਟੈਲਾਂ ਅਤੇ ਫਿਰ ਜਾਵਾਂਗੇ ਘਰੇ ਅਨਦਰ ਡੇ ਸੇਮ ਬਲੌਗ ਅਤੇ ਅੱਜ ਉਹੀ ਜਿਵੇਂ ਤੁਹਾਨੂੰ ਕੱਲ੍ਹ ਦਿਖਾਇਆ ਸੀਗਾ ਕਿ ਆ ਖੇਲ ਅਤੇ ਪਲਸਤਰ ਕਰਤਾ ਸੀਗਾ ਰਾਤ ਹਨੇਰੇ ਹੋਈਆਂ ਆਈਆਂ ਨੇ ਟੈਲਾਂ ਆਈਆਂ ਅਤੇ ਅੱਜ ਖੇਲ ਅਤੇ ਟੈਲਾਂ ਲਾਉਣ ਲੱਗ ਰਹੇ ਹਾਂਗੇ ਬੱਦਲਬਾਈ ਜੀ ਵਾਲਾ ਮੌਸਮ ਹੈਗਾ ਅਤੇ ਹਵਾ ਚੱਲਣ ਲੱਗ ਰਹੀ ਹੈ ਖੇਤ ਠੰਡੀ ਠੰਡੀ ਅਤੇ ਨਜ਼ਾਰਾ ਆ ਰਿਹਾ ਹੈਗਾ ਅਤੇ ਬਾਕੀ ਜਾਂ ਖੇਲ ਬਣ ਜੂਗੀ ਨਜ਼ਾਰਾ ਤਾਂ ਫੇਰ ਆਊਗਾ ਆ ਪਿੱਛੇ ਬਾਈ ਕੰਮ ਕਰਨ ਲੱਗ ਰਹੇ ਨੇ ਮਿਸਤਰੀ ਆਪਣੇ ਇਹ ਟੈਲਾਂ ਨੇ ਆਪਣੀਆਂ ਜਿਹੜੀਆਂ ਲਾਈਆਂ ਨੇਗੀਆਂ ਵਿਚਾਲੇ ਮੱਛੀ ਵਾਲੀ ਸਿਨਰੀ ਵਾਲੀਆਂ ਟੈਲਾਂ ਨੇਗੀਆਂ ਇਹ ਅੱਧੀਆਂ ਕੁ ਲੱਗੀਆਂ ਅਤੇ ਅੱਧੀਆਂ ਕੁ ਬਸ ਨੂੰ ਲਾ ਕੇ ਫੇਰ ਦਿਖਾਵਾਂਗੇ ਹਵਾ ਦੇਖੋ ਤੁਸੀਂ ਕਿੰਨੀ ਤੇਜ਼ ਟੈਲਾਂ ਲੱਗ ਰਹੀਆਂ ਖੇਤ ਆਹ ਪਈਆਂ ਨੇ ਬਾਕੀ ਦੀਆਂ ਟੈਲਾਂ ਅਤੇ ਜਦ ਲੱਗ ਗਿਆ ਸਾਰਾ ਤੁਹਾਨੂੰ ਫੇਰ ਦਿਖਾਵਾਂਗੇ ਫੇਰ ਵੱਧ ਸੋਹਣੀ ਲੱਗੂ ਇਹ ਖੇਤ ਆਪਾਂ ਆ ਰਹੇ ਸੀਗੇ ਅਤੇ ਉਦੋਂ ਬਾਅਦ 'ਚੋਂ ਲਾਡੀ ਦਾ ਫੋਨ ਆ ਗਿਆ ਆਪਣਾ ਦੋਸਤ ਆ ਮਿੱਤਰ ਆ ਵਧੀਆ ਅਤੇ ਉਹ ਕਹਿੰਦਾ ਸਾਡੀਆਂ ਫੋਟੋਆਂ ਖਿੱਚ ਕੇ ਲੈ ਗਿਆ ਅਤੇ ਆਪਾਂ ਫਿਰ ਉਹਨਾਂ ਦੇ ਖੇਤ ਵਾਗੇ ਫੋਟੋਆਂ ਖਿੱਚਣ ਉਹਨਾਂ ਦੇ ਨਾਲ ਅਤੇ ਆਹ ਆਪਣੇ ਨਾਲ ਖੜੇ ਨੇਗੇ ਆਹ ਬਾਈ ਲਾਡੀ ਆਪਣਾ ਹੋਰ ਕੀ ਹਾਲ ਨੇ ਲਾਡੀ? ਵਧੀਆ ਅਤੇ ਇੱਧਰ ਆਪਣੇ ਨਾਲ ਹੋਰ ਵੀ ਮਿੱਤਰ ਪੈ ਰਹੇ ਨੇ ਅਤੇ ਤੁਹਾਨੂੰ ਇੱਕ ਛੋਟਾ ਜਿਹਾ ਜਵਾਕ ਦਿਖਾਉਣਾ ਉਹ ਤੁਸੀਂ ਨੇ ਕਿਸੇ ਬੰਦੇ ਦੀ ਸਟੋਰੀਆਂ 'ਚ ਦੇਖਿਆ ਹੋਊਗਾ ਕੋਈ ਮਸ਼ਹੂਰ ਹਸਤੀ ਹੈਗੀ ਉਹਦੀ ਸਟੋਰੀਆਂ 'ਚ ਦੇਖਿਆ ਹੋਊ ਤੁਸੀਂ ਨੇ ਬੰਦਾ ਤੁਹਾਨੂੰ ਉਹ ਦਿਖਾਉਣਾ ਛੋਟਾ ਜਿਹਾ ਜਵਾਕ ਹੈਗਾ ਅਤੇ ਮੌਸਮ ਪੂਰਾ ਘੈਂਟ ਹੈਗਾ ਦੇਖੋ ਮੌਸਮ ਦੇਖੋ ਸਿਰ ਹੈਗਾ ਹਵਾ ਚੱਲਣ ਲੱਗ ਰਹੀ ਆ ਫੁੱਲ ਅਤੇ ਤੁਹਾਨੂੰ ਪਹਿਲਾਂ ਉਹ ਜਵਾਕ ਦਿਖਾਉਣਿਆ ਕੌਣ ਹੈਗਾ ਆਹ ਸੀਗਾ ਆਪਣਾ ਦੋਸਤ ਛੋਟਾ ਜਿਹਾ ਹੈਲੋ ਕਰਦੇ ਸਾਰਿਆਂ ਨੂੰ ਯੂਟਿਊਬ ਨੂੰ ਅਤੇ ਇਹ ਹੈਗਾ ਤੁਸੀਂ ਸੈਲ ਦੀ ਸਟੋਰੀਆਂ 'ਚ ਦੇਖਿਆ ਹੋਊਗਾ ਮੁੰਡਾ ਛੋਟਾ ਜਿਹਾ ਜਵਾਕ ਹੈਨਾ ਓਏ ਗਾਣੇ 'ਚ ਵੀ ਆ ਰਿਹਾ ਇਹ ਮੁੰਡਾ ਆਉਣ ਵਾਲੇ ਮੂਸਾ ਟੇਪ 'ਤੇ ਜਿਹੜਾ ਗੀਤ ਹੈ ਇੱਕ ਤੁਹਾਨੂੰ ਦਿਖਾਵਾਂਗੇ ਉਹ 'ਚ ਵੀ ਆਊਗਾ ਇਹ ਅਤੇ ਆਪਣੇ ਨਾਲ ਨੇ ਸਾਰੇ ਬਾਈ ਅਤੇ ਇੱਥੇ ਫੋਟੋ ਖਿੱਚਣ ਲੱਗ ਰਹੇ ਹਾਂਗੇ ਅਤੇ ਉਹ ਫਿਰਦਾ ਜਵਾਕ ਪਿੱਛੇ ਅਤੇ ਤੁਹਾਨੂੰ ਫਿਰ ਖੇਤ ਜਾ ਕੇ ਮਿਲਦੇ ਹਾਂਗੇ ਉੱਥੇ ਦਿਖਾਵਾਂਗੇ ਖੇਲ ਆਪਣੀ ਕੰਪਲੀਟ ਹੋਣ ਵਾਲੀ ਹੋ ਗਈ ਤੁਹਾਨੂੰ ਆਪਣੀ ਨਵੀਂ ਖੇਲ ਦਿਖਾਉਣਾ ਬਣੀ ਹੋਈ ਅਤੇ ਆਹ ਸੀ ਇਹ ਆਪਣੀ ਬਣ ਗਈ ਖੇਲ ਨਵੀਂ ਦੇਖੋ ਕਿੰਨੀ ਵੱਡੀ ਹੈ
ਵਧੀਆ ਬਣੀ ਹੈ ਅਤੇ ਕਿੰਨੀ ਵੱਡੀ ਹੈਗੀ। ਆਹ ਅੰਦਰ ਥੱਲੇ ਫਰਸ਼ ਲੱਗ ਗਿਆ, ਆਲੇ ਦੁਆਲੇ ਆਹ ਟੁਕੜੀ ਹੈਗੀ, ਮਿੰਨੀ ਸਵੀਮਿੰਗ ਪੂਲ ਬਣ ਗਿਆ ਤਾ ਪੂਰਾ। ਹੁਣ ਦੇਖਿਓ ਆਇਆ ਕਰਾਂ ਨਜ਼ਾਰੇ ਉਰੇ, ਕਮੈਂਟਾਂ 'ਚ ਦੱਸਿਓ ਘੈਂਟ ਬਣੀ ਹੈਗੀ, ਸੋਹਣੀ ਬਣੀ ਹੈ, ਦੱਸਿਓ ਕਮੈਂਟ ਸਾਰੇ। ਆਹ ਖੇਲ ਅਤੇ ਹੁਣ ਕੰਮ ਨਿਬੜ ਗਿਆ, ਖੇਲ ਆਪਣੀ ਦਾ ਹੋ ਗਿਆ ਜੀ ਸਾਰਾ ਕੰਮ ਪੂਰਾ। ਅਤੇ ਕੱਲ੍ਹ ਨੂੰ ਆਵਾਂਗੇ, ਕੱਲ੍ਹ ਨੂੰ ਵਿੱਚ ਭਰਾਂਗੇ ਚਿੱਟਾ ਸਮਿੰਟ। ਅਤੇ ਆਪਾਂ ਜਿਹੜੀਆਂ ਹੁਣ ਤੁਸੀਂ ਨੇ ਵੀਡੀਓ ਦੇਖੀਆਂ ਹੋਣਗੀਆਂ ਸਾਰੀਆਂ ਤੁਹਾਨੂੰ ਲੇਟ ਮਿਲੀਆਂ ਨੇ ਦੇਖਣ ਨੂੰ, ਕਿਉਂ ਖੇਲ ਕਰਕੇ ਖੇਤੀ ਹੁੰਦੀ ਸੀ ਤਾਂ ਹੀ ਟਾਈਮ ਲੱਗਿਆ ਨਹੀਂ ਹੈਗਾ ਅਪਲੋਡ ਕਰਨ ਦਾ। ਅਤੇ ਸਾਰੀਆਂ ਤੁਹਾਨੂੰ ਵੀਡੀਓ ਲੇਟ ਹੀ ਦੇਖਣ ਨੂੰ ਮਿਲੀਆਂ ਹੋਣਗੀਆਂ। ਅਤੇ ਜੀ ਆਪਾਂ ਇੱਥੇ ਹੀ ਕਰਦੇ ਹਾਂ ਬਲੌਗ ਦਾ ਐਂਡ ਹੀ, ਅਤੇ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਹੀ। ਅਤੇ ਜੇ ਵਧੀਆ ਲੱਗਿਆ ਬਲੌਗ ਕਮੈਂਟਾਂ 'ਚ ਜ਼ਰੂਰ ਦੱਸਿਓ, ਅਤੇ ਲਾਈਕ ਕਰ ਜਾਓ ਵੀਡੀਓ ਨੂੰ, ਅਤੇ ਨਾਲ ਦੀ ਨਾਲ ਆਪਣਾ ਕਰ ਲਓ ਚੈਨਲ ਸਬਸਕ੍ਰਾਈਬ। ਅਤੇ ਜੀ ਮਿਲਦੇ ਅਗਲੇ ਬਲੌਗ ਦੇ ਵਿੱਚ ਹੀ, ਰਾਮ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।